ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਅੰਕੁਰ ਸੋਨੀ, ਵੈਲਕਮ ਕਰਦਾ ਤੁਹਾਡਾ ਸਭ ਦਾ ਸਤਲੁਜ ਔਨਲਾਈਨ ਕਲਾਸਿਸ ਦੇ ਯੂਟਿਊਬ ਪਲੇਟਫਾਰਮ 'ਤੇ। ਤਾਂ 8T 6635 'ਤੇ 22 ਪੋਰਸ਼ਨ ਨੂੰ ਲੈ ਕੇ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਪ੍ਰੋਸੈਸ ਚੱਲ ਰਹੀ ਹੈ, ਤਾਂ ਉਸ ਤੋਂ ਸੰਬੰਧਿਤ ਕੁਝ ਡਾਊਟਸ ਕਨਫਿਊਜ਼ਨਸ ਦਿਓ। ਕੈਂਡੀਡੇਟਸ ਨੂੰ ਮੇਰੇ ਕੋਲ ਲਗਾਤਾਰ ਮੈਸੇਜ ਅਤੇ ਕਮੈਂਟਸ ਆ ਰਹੇ ਨੇ ਕਿ ਸਰ, ਜਿਹੜੇ ਅਸੀਂ ਡਾਕੂਮੈਂਟਸ ਅਰੇਂਜ ਕਰਦੇ ਨੇ ਜਾਂ ਡਾਕੂਮੈਂਟ ਜਿਹੜੀ ਫਾਈਲ ਅਸੀਂ ਬਣਾਉਣੀ ਹੈ, ਤਾਂ ਉਹਦੇ ਫਾਈਲ ਵਿੱਚ ਜਿਹੜੇ ਡਾਕੂਮੈਂਟਸ ਨੇ ਉਹ ਕਿਸ ਤਰ੍ਹਾਂ ਅਰੇਂਜ ਕਰਨੇ ਨੇ, ਤਾਂ ਉਸ ਤੋਂ ਸੰਬੰਧਿਤ ਹੀ ਇਹ ਵੀਡੀਓ ਮੈਂ ਹੁਣ ਬਣਾਉਣ ਜਾ ਰਿਹਾ, ਤਾਂ ਕਿ ਜਿਹਨਾਂ ਦਾ ਵੀ ਡਾਊਟ ਹੈ ਉਹ ਕਲੀਅਰ ਹੋ ਸਕੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਜਿਹੜੇ ਤੁਹਾਡਾ ਇੰਸਪੈਕਸ਼ਨ ਪਰਫੋਰਮਾ ਹੈ, ਜਿਹੜਾ ਪੜਤਾਲ ਫਾਰਮ ਹੈ, ਇਹ ਜਿਹੜਾ 5 ਪੇਜ ਨੇ, ਤੁਸੀਂ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਫਿਲ ਕਰਕੇ ਇਹਦੇ 5 ਪੇਜਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਲਗਾਉਣਾ ਹੈ। ਠੀਕ ਹੈ ਜੀ। ਇਹਨਾਂ 5 ਪੇਜਾਂ ਨੂੰ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਲਗਾਉਣਾ ਹੈ ਤੁਸੀਂ ਆਪਣਾ ਜਿਹੜਾ ਵਿੱਦਿਅਕ ਯੋਗਤਾ ਸੰਬੰਧੀ ਸਵੈ ਘੋਸ਼ਣਾ ਹੈ ਜੀ। ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਫਿਲ ਕਰਕੇ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਹੈ ਉਹਨੂੰ ਚੰਗੀ ਤਰ੍ਹਾਂ ਇਸ ਫੋਰਮ ਦੇ ਵਿੱਚ ਫਿਲਅਪ ਕਰਕੇ, ਇਹਦੇ ਜਿਹੜੇ 4 ਪੇਜਿਜ ਨੇ, ਅਤੇ ਜਿਨ੍ਹਾਂ ਨੇ ODL ਪੜ੍ਹਨਾ ਹੈ ਉਹ ਵੀ ਆਪਣਾ ਜਿਹੜਾ ਹੈ ODL ਫਿਲ ਕਰ ਲੈਣ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਇਹ 4 ਪੇਜਿਜ ਲਗਾਉਣੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਸਰਟੀਫਿਕੇਟ ਆਏਗਾ ਜੀ, ਉਹ ਹੈ ਸਵੈ ਘੋਸ਼ਣਾ ਪੱਤਰ, ਯਾਨੀ ਕਿ ਜਿਹੜੇ ਕੈਂਡੀਡੇਟ BC ਕੈਟੇਗਰੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਆਪਣਾ ਇਹ ਸਵੈ ਘੋਸ਼ਣਾ ਪੱਤਰ ਵੀ ਲਗਾਉਣਾ ਜ਼ਰੂਰੀ ਹੈ। ਜਿਹੜੇ ਕੈਂਡੀਡੇਟ ਜਿਹੜੇ ਨੇ BC 'ਚ ਨਹੀਂ ਆਉਂਦੇ ਉਹਨਾਂ ਨੂੰ ਇਹ ਵਾਲਾ ਸਰਟੀਫਿਕੇਟ ਨਹੀਂ ਲਗਾਉਣਾ। ਅਤੇ ਇਸ ਤੋਂ ਬਾਅਦ ਜਿਹੜਾ ਤੁਸੀਂ ਲਗਾਉਣਾ ਹੈ ਜੀ, ਉਹ ਹੈ ਜੀ ਆਪਣਾ ਰਜਿਸਟ੍ਰੇਸ਼ਨ ਫੋਰਮ, ਯਾਨੀ ਕਿ ET-T 6635 ਜੋ ਤੁਸੀਂ ਅਪਲਾਈ ਕੀਤੀ ਸੀ, ਤਾਂ ਉਹਦਾ ਜਿਹੜਾ ਰਜਿਸਟ੍ਰੇਸ਼ਨ ਫੋਰਮ ਜਾਂ ਐਪਲੀਕੇਸ਼ਨ ਫੋਰਮ ਹੈ, ਤੁਸੀਂ ਉਹਦੀ ਕਾਪੀ ਲਗਾਉਣੀ ਹੈ। ਇਸ ਤੋਂ ਬਾਅਦ ਤੁਸੀਂ ਲਗਾਉਣਾ ਹੈ ਜੀ ਆਪਣਾ ET-T 6635 ਦਾ ਜਿਹੜਾ ਰਿਜ਼ਲਟ ਆਇਆ ਸੀਗਾ, ਉਹਦੇ ਰਿਜ਼ਲਟ ਦੀ ਇੱਕ ਫੋਟੋ ਕਾਪੀ ਕਢਾ ਕੇ ਤੁਸੀਂ ਉਹਨੂੰ ਲਗਾਉਣਾ ਹੈ, ਅਤੇ ਉਹਦੇ ਵਿੱਚ ਆਪਣੇ ਨਾਮ ਨੂੰ, ਆਪਣੇ ਰੋਲ ਨੰਬਰ ਨੂੰ ਅਤੇ ਮਾਰਕਸ ਨੂੰ ਜਿਹੜਾ ਤੁਸੀਂ ਹਾਈਲਾਈਟ ਕਰ ਲੈਣਾ ਹੈ ਜੀ। ਠੀਕ ਹੈ ਜੀ। ਇਸ ਤੋਂ ਬਾਅਦ ਤੁਸੀਂ ਲਗਾਉਣਾ ਆਪਣੀ 10th ਕਲਾਸ ਦੀ DMC ਲਗਾਉਣੀ ਹੈ, ਸਰਟੀਫਿਕੇਟ ਲਗਾਉਣਾ ਹੈ ਜਿਸ ਉੱਤੇ ਤੁਹਾਡਾ ਜਿਹੜਾ ਹੈ ਡੇਟ ਆਫ ਬਰਥ ਲਿਖੀ ਹੋਏ। ਇਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਹੈ 10+2 ਯਾਨੀ ਕਿ 12th ਕਲਾਸ ਦਾ ਜਿਹੜਾ ਸਰਟੀਫਿਕੇਟ ਲਗਾਉਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ET-T ਕੀਤਾ ਹੈ, ET-T ਡਿਪਲੋਮਾ, ਉਹਦੀ ਜਿਹੜੀ ਦੋਨੋਂ DMC ਲਗਾਉਣੀਆਂ ਨੇ, ਅਤੇ ਇਸ ਤੋਂ ਬਾਅਦ ਤੁਸੀਂ ਆਪਣਾ PSTET 1 ਜਿਹੜਾ ਕਲੀਅਰ ਕੀਤਾ ਹੈ ਉਹਦਾ ਸਰਟੀਫਿਕੇਟ ਲਗਾਉਣਾ ਜ਼ਰੂਰੀ ਹੈ। ਅਤੇ PSTET ਸਰਟੀਫਿਕੇਟ ਲਗਾਉਣ ਤੋਂ ਬਾਅਦ ਜੇ ਤੁਸੀਂ ਗ੍ਰੈਜੂਏਟ ਹੋ, ਤੁਹਾਡੇ ਕੋਲ BA BCOM BSc BTECH ਜਾਂ ਕੁਛ ਵੀ ਹੈ, ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਆਪਦੀ ਗ੍ਰੈਜੂਏਸ਼ਨ ਦੀ ਸਾਰੀ DMC ਦੇ ਨਾਲ ਜਿਹੜੀ ਡਿਗਰੀ ਹੈ ਉਹਦਾ ਸਰਟੀਫਿਕੇਟ ਲਗਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਜਿਹੜੇ ਕੈਂਡੀਡੇਟ ਪੰਜਾਬ ਦੇ ਵਸਨੀਕ ਨੇ ਉਹਨਾਂ ਨੂੰ ਆਪਣਾ ਪੰਜਾਬ ਰੈਜੀਡੈਂਸ ਸਰਟੀਫਿਕੇਟ ਵੀ ਲਗਾਉਣਾ ਜ਼ਰੂਰੀ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੇ ਆਪਣੇ ਕੈਟੇਗਰੀ ਤੋਂ ਸੰਬੰਧਿਤ ਕਰਦੇ ਨੇ, BC ਹੈ, SC ਹੈ ਜਾਂ EWS, ਜਿਹੜੀ ਵੀ ਕੈਟੇਗਰੀ ਨੇ ਜਨਰਲ ਨੂੰ ਛੱਡ ਕੇ, ਉਹਨਾਂ ਨੂੰ ਆਪਣਾ ਕੈਟੇਗਰੀ ਜਿਹੜਾ ਸਰਟੀਫਿਕੇਟ ਹੈ ਉਹ ਵੀ ਲਗਾਉਣਾ ਕੰਪਲਸਰੀ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਤੁਸੀਂ ਇਸ ਤੋਂ ਬਾਅਦ ਲਾਸਟ ਦੇ ਅੰਦਰ ਜਿਹੜਾ ਹੈ ਆਪਣਾ ਜਿਹੜਾ ਆਧਾਰ ਕਾਰਡ ਦਾ ਜਿਹੜੀ ਫੋਟੋ ਕਾਪੀ ਤੁਸੀਂ ਲਗਾ ਦੇਣੀ ਹੈ। ਠੀਕ ਹੈ ਜੀ। ਇਹ ਪੂਰੀ ਪ੍ਰੋਪਰ ਇੱਕ ਫਾਈਲ ਜਿਹੜੀ ਤੁਹਾਡੀ ਤਿਆਰ ਹੋ ਜਾਏਗੀ, ਅਤੇ ਇਹੀ ਫਾਈਲ ਤੁਸੀਂ ਜਿਹੜੀ ਹੈ ਉੱਥੇ ਤੁਹਾਡਾ ਦੇ ਡਾਕੂਮੈਂਟ ਵੈਰੀਫਿਕੇਸ਼ਨ ਟਾਈਮ ਉੱਥੇ ਸਬਮਿਟ ਹੋਏਗੀ। ਠੀਕ ਹੈ ਜੀ। ਤਾਂ ਤੁਸੀਂ ਆਪਣੇ ਡਾਕੂਮੈਂਟਸ ਨੇ ਐਸੇ ਅਰੇਂਜ ਇਸੇ ਤਰ੍ਹਾਂ ਅਰੇਂਜ ਕਰਨੇ ਨੇ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਅੰਦਰ ਦੱਸਿਆ ਗਿਆ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਤੁਸੀਂ ਓਰਿਜਨਲ ਡਾਕੂਮੈਂਟ ਨੇ ਉਹ ਤੁਸੀਂ ਇਸੇ ਤਰ੍ਹਾਂ ਅਰੇਂਜ ਕਰਕੇ ਲੈ ਕੇ ਜਾਣੇ ਨੇ, ਕਿਉਂਕਿ ਉੱਥੇ ਜਾ ਕੇ ਤੁਹਾਡੇ ਓਰਿਜਨਲ ਅਤੇ ਫੋਟੋ ਕਾਪੀਜ਼ ਦੋਨੋਂ ਮਿਲਾਨ ਹੋਣਗੀਆਂ, ਤਾਂ ਕਿ ਠੀਕ ਹੈ ਜੀ ਉਹ ਮਿਲਾਨ ਕਰਨਗੇ, ਤਾਂ ਤੁਸੀਂ ਆਪਣੇ ਓਰਿਜਨਲ ਅਤੇ ਫੋਟੋ ਕਾਪੀਜ਼ ਇਸੇ ਤਰ੍ਹਾਂ ਇਸੇ ਸੀਰੀਜ਼ 'ਚ ਅਰੇਂਜ ਕਰਨੇ ਨੇ। ਅਤੇ ਇਸ ਤੋਂ ਇਲਾਵਾ ਦੋਸਤੋ, ਆਪਣੇ ਚੈਨਲ ਸਤਲੁਜ ਔਨਲਾਈਨ ਕਲਾਸਿਸ 'ਤੇ ET-T 5994 ਜਿਹੜੀ ਵੈਕੈਂਸੀਆਂ ਅਨਾਊਂਸ ਹੋਈਆਂ ਸੀ ਉਸ ਤੋਂ ਸੰਬੰਧਿਤ ਜਿਹੜੀ ਕਲਾਸਿਸ ਨੇ ਉਹ ਹੁਣ ਸਟਾਰਟ ਹੋਣ ਜਾ ਰਹੀਆਂ ਨੇ ਫ੍ਰੀ, ਜਿਹੜੇ ਨੇ ਵੀਡੀਓ ਕਲਾਸਿਸ ਯਾਨੀ ਕਿ ਥਿਉਰੀ ਕਲਾਸਿਸ ਦੇ ਨਾਲ ਨਾਲ MCQ ਸੀਰੀਜ਼ ਜਿਹੜੀ ਆ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ। ਜਿਨ੍ਹਾਂ ਨੇ ਵੀ ਤਿਆਰੀ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ, ਅਤੇ ਬੈਲ ਆਈਕਨ ਦਬਾ ਸਕਦੇ ਨੇ, ਅਤੇ ਡਿਸਕ੍ਰਿਪਸ਼ਨ ਬੋਕਸ ਆਪਣਾ ਜਿਹੜਾ ਹੈ ਟੈਲੀਗ੍ਰਾਮ ਚੈਨਲ ਦਿੱਤਾ ਗਿਆ ਹੈ, ਤੁਸੀਂ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤਾਂ ਕਿ ਹਰ ਇੱਕ ਅਪਡੇਟ, ਹਰ ਇੱਕ ਕਲਾਸ ਤੁਹਾਨੂੰ ਟਾਈਮ 'ਤੇ ਮਿਲ ਸਕੇ। ਧੰਨਵਾਦ।